ਦੇਖ ਲਾ ਕਿਵੇਂ ਰੂਹ ਮਾਰਦਾ ਮੇਰੇ ਜਮਾਈ 'ਤੇ, ਵੱਡਾ ਬਣਿਆ ਫਿਰਦਾ। ਜਮਾਈ ਤਾਂ ਮੇਰਾ ਅੱਧਾ ਹੋ ਗਿਆ, ਇਹ ਦੇਖ ਲਾ ਸਾਣ ਵਾਂਗੂ ਹੋਇਆ ਪਿਆ। ਹਾਂ ਮਾਂ, ਮੈਂ ਵੀ ਨਾਲ ਜਾਊਂਗੀ। ਉਹ ਤਾਂ ਕਹਿੰਦੇ ਸੀ ਵੀ ਤੂੰ ਘਰੇ ਰਹਿ, ਗਰਮੀ ਵਾਲੀ ਪਈ ਜਾਂਦੀ ਆ। ਮੈਂ ਮੰਟੂ ਨੂੰ ਕਿਹਾ ਮੈਂ ਤਾਂ ਨਾਲ ਹੀ ਜਾਊਂਗੀ ਮਾਂ ਦੇ। ਤੇਰੀ ਤਾਂ ਅੱਖ ਲੱਗੀ ਸੀ ਮਾਂ, ਮੈਂ ਤੈਨੂੰ ਇੱਕ ਗੱਲ ਕਰਨੀ ਸੀ। ਲੈ ਕੀ ਗੱਲ ਕਰਨੀ ਸੀ? ਕੀ ਇਹੋ ਜਿਹਾ ਭੁਚਾਲ ਆ ਗਿਆ? ਮਾਂ, ਮੇਰੇ ਪਾਣੀ ਤਾਂ ਭੁਚਾਲ ਹੀ ਆ ਗਿਆ। ਨਾ, ਤੂੰ ਨਿਆਣੀ ਸੀ ਜਿਹੜੀ ਮੇਰੇ ਪਿੱਛੇ ਲੱਗ ਗਈ, ਤੂੰ ਆਪਦੇ ਦਿਮਾਗ ਤੋਂ ਕੰਮ ਲੈ ਲੈਂਦੀ। ਜਿਹੋ ਜਿਹਾ ਮੈਂ ਕੁਛ ਕਹਿਤਾ ਉਹੋ ਜਿਹਾ ਹੀ ਕਰ ਲਿਆ। ਜੇ ਤੈਨੂੰ ਮੈਂ ਖੂਹ 'ਚ ਸਲ ਮਾਰਨ ਨੂੰ ਕਹੂੰਗੀ, ਮਾਰੇਗੀ? ਕਿਹਾ ਤਾਂ ਤੂੰ ਹੀ ਸੀ ਨਾ ਮੈਨੂੰ ਵੀ ਆਪਦੇ ਜੇਠ ਤੇ ਇਲਜ਼ਾਮ ਲਾ ਤੇ ਉਹਨੂੰ ਘਰੋਂ ਕੱਢ। ਨਹੀਂ, ਮੈਨੂੰ ਕੀ ਲੋੜ ਸੀ, ਵਧੀਆ ਮੈਂ ਉਹਦੇ ਘਰੇ ਵਸੀ ਜਾਂਦੀ ਸੀ। ਅੱਛਾ, ਹਾਂ ਤਾਂ ਵਧੀਆ ਲਾਤਾ ਯਾਰ ਝੋਨਾ, ਇਹ ਤਾਂ ਛੇਤੀ ਲਾਤਾ ਸੋਹਣੀ, ਡੱਕੇ ਜਿਹੇ ਵੀ ਨਹੀਂ ਗਾ, ਵਾਹ ਬਿਰਲਾ ਵੀ ਨਹੀਂ, ਸਹੀ ਲਾਇਆ ਝੋਨਾ ਤਾਂ, ਵਧੀਆ ਲੱਗ। ਚੱਲ ਆਹ ਵੀ ਤੁਰਿਆ ਆਉਂਦਾ, ਇਹ ਕਿਵੇਂ ਤੁਰਿਆ ਆਉਂਦਾ ਹੋਣਾ? ਉਹ ਕਿਵੇਂ ਬੰਟੂ? ਠੀਕ ਆ, ਚਾਹ ਦਾ ਫੜਾ। ਹੈਂ? ਚਾਹ ਦਾ ਫੜਾ ਆਇਆ ਉਹਨਾਂ ਨੂੰ ਮੈਂ। ਚਾਹ ਫੜਾ ਆਇਆ ਲੇਬਰ ਨੂੰ? ਹਾਂ। ਚਲ ਚਾਹ ਪਾਣੀ ਪੀ ਲੈਂਦੇ। ਆਹ ਤਾਂ ਵਧੀਆ ਲੱਗਦਾ ਝੋਨਾ, ਤਾਂ ਬਿਰਲਾ ਵੀ ਨਹੀਂ ਲਾਇਆ ਵਾਲਾ, ਸੰਘਣਾ ਵੀ ਨਹੀਂ ਲਾਇਆ, ਠੀਕ ਲੱਗ ਗਏ। ਇਹ ਝੜਕੇ ਲਾਉਣ ਦੀ ਵੀ ਨਹੀਂ ਲੋੜ ਪੈਂਦੀ ਦੁਬਾਰੇ। ਉਹ ਇਹ ਤਾਂ ਠੀਕ ਲੱਗ ਗਿਆ। ਹਾਂ, ਘਰੇ ਦੇਖ ਲੈ ਕੀ ਜਲੂਸ ਕੱਢੀ ਜਾਂਦੀ ਆ। ਉਹ ਚੱਲ ਕੀ ਹੁੰਦਾ ਹੁੰਦਾ, ਜੋ ਵੀ ਥੱਕੀਆਂ ਆਈਆਂ ਸੀ, ਫਿਰ ਕੀ ਹੋ ਗਿਆ? ਮੈਂ ਚਾਹ ਚੱਕ ਕੇ ਪੀ ਲਈ, ਐਵੇਂ ਨੀ ਲੜਦੇ ਹੁੰਦੇ, ਬਾਕੀ ਤੇਰੀ ਸੱਸ ਬੈਠੀ ਸੀ ਕੋਲੇ, ਐਵੇਂ ਨੀ ਬੋਲਦੇ ਹੁੰਦੇ ਵਾਲਾ। ਉਹ ਜੇ ਥੱਕੀਆਂ ਆਈਆਂ ਸੀ ਤਾਂ ਟਰੇ 'ਚ 2 ਕੱਪ ਜਾਂ 3 ਕੱਪ ਧਰਦੀ ਨੂੰ ਦੱਸ ਕੀ ਹੁੰਦਾ ਸੀ, ਉਹ ਕੀ ਬਾਲਾ ਭਾਰਾ ਹੋ ਗਿਆ ਸੀ, ਇੰਨਾ ਕੁ ਤਾਂ ਲੱਖਣ ਹੈਗਾ ਉਹਨੂੰ। ਉਹ ਚੱਲ ਕੋਈ ਨਾ, ਮੇਰੇ ਕਰਕੇ ਐਵੇਂ ਨਾ ਘਰੇ ਲੜੀ ਜਾਇਆ ਕਰ, ਕੋਈ ਗੱਲ ਨਹੀਂ ਹੁੰਦੀ। ਮੈਂ ਕੀ ਫਿਰ ਬਾਹਰ ਆ ਕੇ ਚਾਹ ਪੀ ਲਈ, ਕਿੱਡੀ ਗੱਲ ਹੈ, ਬਾਕੀ ਕੰਮ ਦੀ ਰੁੱਤ ਆਪਾਂ ਤਾਂ ਖੇਤ ਹੀ ਆਉਣਾ ਸੀ, ਤੈਨੂੰ ਪਤਾ ਐਵੇਂ ਘਰੇ ਰੁੱਤ ਕੰਮ ਦੀ ਰੁੱਤ ਆ, ਜੇ ਘਰੇ ਕਲੇਸ਼ ਪਾ ਕੇ ਪੈ ਗਿਆ ਸਾਰਾ ਕੁਝ ਵਿੱਚ ਹੀ ਰਹਿ ਜੂਗਾ। ਉਹ ਨਹੀਂ ਬਾਈ, ਇਹ ਵੀ ਨਾ ਬਾਲੀ ਚਾਂਬਲੀ ਪਈ ਹੈ। ਉਹ ਚੱਲ ਕੋਈ ਨਾ, ਪਿੱਛੇ ਪਿੱਛੇ ਮੱਤ ਹੁੰਦੀ ਹੈ, ਇੰਨਾ ਵਾਂਗਰ ਲੱਗ ਕੇ ਨਹੀਂ, ਐਵੇਂ ਲੜਦੇ ਹੁੰਦੇ ਸਾਰਾ ਦਿਨ, ਤੈਨੂੰ ਬਾਕੀ ਪਤਾ ਵੀ ਕੰਮ ਧੰਦਾ ਕੰਮ ਆ, ਬਾਕੀ ਲੇਬਰ ਐਵੇਂ ਬਾਲਾ ਤਪਾਈ ਨਾ ਕਰ, ਤੂੰ ਤੜਕੇ ਚਾਹ ਗੁੜ ਲਿਆਉਂਦਾ, ਖੇਤ ਹੀ ਕਰ ਲੈਂਦੇ ਆਪਾਂ ਨੂੰ, ਇਹਨਾਂ ਕੋਲੇ ਜਾਣ ਦੀ ਲੋੜ ਹੀ ਨਹੀਂ ਪੈਂਦੀ, ਇੱਥੇ ਤੂੰ ਵਿਹਲਾ ਬੈਠਾ ਸੀ ਕੋਠੇ 'ਚ, ਚਾਹ ਪਾਣੀ ਕਰ ਲੈਂਦਾ। ਉਹ ਮੇਰੇ ਦਿਮਾਗ 'ਚੋਂ ਨਿਕਲ ਗਈ, ਮੈਨੂੰ ਐ ਸੀ ਵੀ ਉਹਦੇ 'ਚ ਹੀ ਪਾਇਆ, ਉਹਨੇ ਝੋਲਾ ਅੱਡ ਬੰਨਤਾ ਚਾਹ ਗੁੜ ਵਾਲਾ, ਉਹ ਉੱਥੇ ਰਹਿ ਗਿਆ। ਮੈਂ ਕਿਹਾ ਚੱਲ ਹੁਣ ਮੈਂ ਘਰੋਂ ਲਿਆਉਣਾ, ਗਾਹਾਂ ਜਾ ਕੇ ਆ ਮੈਨੂੰ ਪਤਾ ਲੱਗਿਆ, ਚਾਹ ਕੇ 2 ਕੱਪ ਫੜਾਤੇ। ਦੱਸ ਤੈਨੂੰ ਚਾਹ ਫੜਾਉਂਦੀ ਨੂੰ ਕੀ ਹੁੰਦਾ, ਅੱਗੇ ਕਿਹੜਾ ਫੜਾਉਂਦੀ ਨਹੀਂ ਸੀ ਉਹ। ਚੱਲ ਕੋਈ ਗੱਲ ਨਹੀਂ, ਤੂੰ ਬੜਾ ਘਬਰਾ ਨਾ, ਤੂੰ ਰਹਿ ਇੱਥੇ, ਮੈਂ ਜਾਂਦਾ ਘਰੇ, ਠੀਕ ਹੈ? ਕੋਈ ਗੱਲ ਨਹੀਂ, ਉਹਨਾਂ ਨੂੰ ਚਾਹ ਪਾਣੀ ਪੀ ਲੈਣ ਦੇ, ਬਾਕੀ ਉਹ ਕਿੱਲਾ ਰਹਿ ਗਿਆ ਉਹ ਲਾ ਦੇਣਗੇ, ਫਿਰ ਮੈਂ ਜਾਂਦਾ ਘਰੇ, ਫਿਰ ਤੂੰ ਆਈ ਜਾ, ਵਗ ਜਾ ਕੋਈ ਨਾ ਬਾਈ, ਘਰੇ ਵਗ ਜਾ ਤੂੰ, ਮੈਂ ਤਾਂ ਉਹਨਾਂ ਲੇਬਰ ਕੋਲ ਜਾਣਾ ਫਿਰ। ਹਾਂ ਠੀਕ ਹੈ, ਬਾਕੀ ਕੱਦੂ ਸਾਰਾ ਕੁਝ ਹੋ ਗਿਆ, ਬਾਕੀ ਉਹ ਕਿੱਲਾ ਰਹਿ ਗਿਆ ਉਹ ਲਾ ਦੇਣਗੇ, ਠੀਕ ਹੈ? ਠੀਕ ਹੈ। ਹਾਂ ਤੇ ਕੋਈ ਗੱਲ ਨਹੀਂ, ਬੜਾ ਐਵੇਂ ਨਹੀਂ ਕਰਦੇ ਹੁੰਦੇ, ਗੁੱਸਾ ਨਹੀਂ ਕਰਦੇ ਹੁੰਦੇ ਬਾਈ, ਇਹ ਜਿਹੀਆਂ ਗੱਲਾਂ ਤਾਂ ਚੱਲਦੀਆਂ ਹੁੰਦੀਆਂ ਘਰੇ, ਕੋਈ ਗੱਲ ਨਹੀਂ, ਮੈਂ ਘਰੇ ਆ ਕੇ ਫੇਰ ਆਵਾਂਗਾ, ਹੱਥ ਨਹੀਂ ਕਿਹੜਾ ਮਾਰੂੰਗਾ। ਉਹ ਤਾਂ ਠੀਕ ਹੈ ਬਾਈ, ਪਰ ਮੈਨੂੰ ਪਤਾ ਨਾ, ਪਤਾ ਨਹੀਂ ਤਾਂ ਹੁਣ ਕੀ ਕਹਾਂ ਕੀ ਨਾ ਕਹਾਂ, ਮਾਂ ਦੇ ਮਗਰ ਲੱਗ ਗਈ, ਅੱਗੇ ਤਾਂ ਇਹ ਵੀ ਨਹੀਂ ਐ ਕੀਤੀ ਸੀ। ਹੁਣ ਘਰ ਸਾਰਾ ਤੂੰ ਸੰਭਾਲਦਾ, ਮੈਨੂੰ ਤਾਂ ਦੇਖਣਾ ਪਊਗਾ ਨਾ, ਚੱਲ ਦੇਖਦੇ ਹਾਂ ਕੀ ਬਣਦਾ, ਲੇਬਰ ਕੋਲ ਚੱਲਦੇ ਹਾਂ ਯਾਰ। ਓਹੋ ਗਰਮੀ ਨੇ ਮੀਤਾ। ਹਾਂ ਬਈ। ਮੈਂ ਬਈ ਗੱਲ ਸੁਣ ਮੇਰੀ ਕੁੜੀ, ਤੂੰ ਮੇਰੀ ਭੈਣਾਂ ਵਰਗੀਆਂ ਦੇਖ, ਠੀਕ ਹੈ? ਮੇਰੇ ਪਿੱਛੇ ਤੁਸੀਂ ਕਾਹਤੋਂ ਕਲੇਸ ਕਰਦੇ? ਨਹੀਂ ਤਾਂ ਉਹ ਰੁੱਸਿਆ ਬੈਠਾ ਸੀ ਉੱਥੇ, ਉਹਦਾ ਤੈਨੂੰ ਪਤਾ ਬਲੱਡ ਵਧਾ ਲੈਂਦਾ, ਮਾੜੀ ਗੱਲ ਘਰੇ ਹੁੰਦੀ ਹੈ, ਬਲੱਡ ਵਧਾਈ ਬੈਠਾ, ਤੈਨੂੰ ਪਤਾ ਉਹ ਇਹਨੇ ਉਹਦਾ ਬਲੱਡ ਇੰਨਾ ਵੱਧਦਾ, ਜੇ ਕੋਈ ਗੱਲਬਾਤ ਹੋ ਗਈ ਘਰੇ ਆਪਣੇ ਨੁਕਸਾਨ ਹੋ ਜੂਗਾ, ਠੀਕ ਹੈ? ਕੰਮ ਦੀ ਰੁੱਤ ਹੈ, ਬਾਕੀ ਮੈਂ ਤੈਨੂੰ ਐਂ ਕਹਿਣਾ, ਤੂੰ ਮੇਰੀ ਭੈਣਾਂ ਵਰਗੀ ਹੈ, ਤੂੰ ਆਹ ਜਿਹੜੇ ਸੂਟ ਪਿੱਛੇ ਕਿਹਾ ਤੇਰੇ, ਮੈਂ ਚੰਗੇ ਵਾਸਤੇ ਹੀ ਕਿਹਾ ਸੀ ਵੀ ਇਹਨੂੰ ਪਾ ਕੇ, ਨਾਲੇ ਤਾਂ ਆਪਾਂ ਤੈਨੂੰ ਪਤਾ ਵੀ ਪਿੰਡ ਸ਼ਹਿਰਾਂ 'ਤੇ ਇਹੋ ਜਿਹਾ ਚੱਲ ਪੈਂਦਾ ਕੁਛ, ਆਪਾਂ ਪਿੰਡਾਂ 'ਚ ਤਾਂ ਸੂਟ ਪਾਏ ਸੋਹਣੇ ਲਾ ਦਿੰਦੇ, ਠੀਕ ਹੈ? ਬਾਕੀ ਜਦੋਂ ਇੱਥੇ ਆਪਣੇ ਆਂਢੀ ਗੁਆਂਢੀ ਹੈ, ਜੇ ਤੂੰ ਹਾਂ ਪਾ ਕੇ ਤੁਰੀ ਫਿਰਦੀ ਰਹੀ, 100-100 ਗੱਲਾਂ ਆਉਣਾਗਾ ਅਗਲਾ, ਠੀਕ ਹੈ ਬਾਈ? ਹਾਂ, ਤੂੰ ਸੂਟ ਆਪਾਂ ਲੈ ਕਰ, ਕੋਈ ਗੱਲ ਨਹੀਂ, ਜੇ ਉਹ ਲੈ ਵੀ ਆਈ ਕਿਸੇ ਨੂੰ ਦੇ ਦੀ, ਇਹ ਗੱਲ ਕਰੋ ਉਹ ਪਾਉਣੇ ਨਹੀਂ ਭੈਣ ਬਣ ਕੇ, ਠੀਕ ਹੈ? ਭੈੜਾ ਲਾ ਦਾ ਪੁੱਤ।
ਕੀ ਹੋ ਗਿਆ ਹੁਣ ਤੂੰ ਕਾਹ ਤੋਂ ਰੋਂਦੀ ਹੈਗੀ? ਹੋਣਾ ਕੀ ਆ ਮਾਂ, ਭਾਈ ਮੈਨੂੰ ਕਹਿੰਦਾ ਕੱਪੜੇ ਪਾ ਕੇ ਦਿਖਾ ਮੈਨੂੰ ਜਿਹੜੇ ਤੂੰ ਲੈ ਕੇ ਆਈ ਆ। ਨੀ ਇਹਨੂੰ ਕੀ ਚੌਰੇ ਨੂੰ ਸਰਮਾ, ਇਹ ਤਾਂ ਉਹੀ ਗੱਲ ਆ, ਲੰਡਾ ਚਿੜਾ ਪਹਾੜਾਂ ਦਾ ਸਾਥੀ ਆਗਾ। ਮੈਂ ਬਾਹਰ ਨਿਕਲ ਬੇ ਮੁੰਡਿਆ, ਮੈਂ ਭਾਈ ਬਾਹਰ ਨਿਕਲ ਤੂੰ। ਕਿਉਂ ਮਾਸੀ ਰੋਲਾ ਪਾਈ ਦੀ ਤੂੰ? ਨਾ ਤੂੰ ਮੇਰੀ ਕੁੜੀ ਤੂੰ ਕੁਛ ਕਿਹਾ ਹੋਣਾਗਾ। ਉਹ ਮਾਸੀ ਮੈਂ ਕੀ ਕਹਿਣਾ, ਮੇਰੀ ਤਾਂ ਭੈਣਾ ਵਰਗੀ ਆ, ਮੈਂ ਇਹਨੂੰ ਕੀ ਕਹਿਣਾ? ਆਹ ਤੇਰੀਆਂ ਭੈਣਾਂ ਵਰਗੀ ਆ ਜੀ, ਤੂੰ ਹੀ ਨਹੀਂ ਰੋਂਦੀ ਮੇਰੀ ਕੁੜੀ। ਕੱਪੜੇ ਪਾ ਚੱਲ ਚੱਲੀਏ ਇੱਥੋਂ, ਚੱਲ। ਉਹ ਮਾਸੀ ਕਿੱਧਰ ਜਾਂਦੀ, ਕਿਉਂ ਮੇਰੇ ਭਰਾ ਦਾ ਘਰ ਪੱਟੀ ਜਾਂਦੀ ਆ ਤੂੰ? ਅੱਛਾ ਮੈਂ ਘਰ ਪੱਟਦੀ ਆ, ਕਸਰ ਤਾਂ ਤੂੰ ਨੀ ਕੋਈ ਛੱਡਦਾ। ਉਹ ਜੇ ਮਾਸੀ ਤੈਨੂੰ ਮੇਰੇ ਤੋਂ ਕੋਈ ਦਿੱਕਤ ਆ, ਮੈਂ ਘਰ ਛੱਡ ਕੇ ਬਾਜੇ ਨਾਲ ਗੱਲ ਕਰ, ਤੂੰ ਕੁੜੀ ਨੂੰ ਲੈ ਕੇ ਜਾ ਤੂੰ। ਫਿਰ ਖੜਾ ਖਾ ਤੋ ਆ, ਜਾਂਦਾ ਕਿਉਂ ਨੀ? ਉਹ ਭਾਈ ਮੈਂ ਬਾਜੇ ਨਾਲ ਚੰਗਾ, ਮੈਂ ਹੀ ਬਾਜੇ ਨਾਲ, ਤੂੰ ਨਾ ਜਾਇਓ, ਇਹਨੂੰ ਕੁੜੀ ਨਾਲ ਲੈ ਕੇ ਜਾਈ, ਐਵੇਂ ਬਾਂਟੂ ਗੁੱਸਾ ਕਰੂਗਾ। ਮੈਂ ਬਾਜੇ ਨਾਲ ਜੇ ਮੇਰੇ ਤੋਂ ਕੋਈ ਦਿੱਕਤ ਆ ਤੁਹਾਨੂੰ। ਲੈ ਹਜੇ ਕਹਿੰਦਾ ਮੈਂ ਬਾਗ ਜਾਂਦਾ, ਨਾ ਮੇਰੀ ਧੀ ਤੇ ਡੋਰੇ ਪਾਉਂਦਾ ਗਾ, ਹਜੇ ਹਜੇ ਇਹਨੂੰ ਸ਼ਰਮ ਨੀ ਹੈਗੀ, ਹਜੇ ਮੂਹਰੇ ਪਾਲਦਾ ਗਾ। ਦੇਖ ਲਾ ਜਮੀ ਇਹਦੀ ਸ਼ਰਮ ਲਹੀ ਪਈ ਹੈਗੀ। ਨਿਮੀਤ ਲੈ ਤੂੰ ਕਦੋਂ ਬੈਗ ਭਰ ਲਿਆ ਦੱਸ? ਮਾਂ ਇਹ ਚ ਤਾਂ ਸਿਆਲਾਂ ਵਾਲੇ ਕੋਟੀਆਂ ਕੱਪੇ ਆ, ਮੈਂ ਕੀ ਬੈਗ ਦੱਸ ਸੱਚੀ ਭਰ ਲਈ? ਮਾਂ ਐਂ ਦੱਸ, ਮੈਂ ਐਕਟਿੰਗ ਵਧੀਆ ਕੀਤੀ ਸੁਣਾਉਂਦੀ? ਨਹੀਂ ਬਥੇਰੀ ਸੋਹਣੀ ਕੀਤੀ ਸੀ, ਤੂੰ ਤਾਂ ਸੱਚੀ ਮੇਰੇ ਤੇ ਬਾਕੀ। ਪਹਿਲਾਂ ਤਾਂ ਮੈਨੂੰ ਆਏ ਸੀਗਾ ਵੀ ਇਹ ਮੇਰੇ ਤੇ ਇੱਕ ਵੀ ਨਹੀਂ ਇਹਦਾ ਗੁਣ ਹੈਗਾ। ਮੇਰੀ ਗੱਲ ਸੁਣ, ਉਹ ਤਾਂ ਕਰਤਾ ਕਰੋ, ਹੁਣ ਰਹੀ ਐਸਣਾ। ਠੀਕ ਆ ਮਾਂ। ਨਾ ਆ ਬੈਗ ਚੱਕ, ਕੋਟੀਆਂ ਸਵੈਟਰ ਅੰਦਰ ਧਰ ਦੇ। ਹਾਂ ਮਾਂ ਧਰ ਦੇ। ਸੱਚ ਮੇਰੀ ਗੱਲ ਸੁਣ, ਬਾਟੂ ਕੋਲੇ ਕੋਈ ਗੱਲ ਨਾ ਕਰੀ ਚੰਗਾ? ਨਹੀਂ ਨਹੀਂ ਮਾਂ, ਮੈਂ ਉਹਦੇ ਕੋਲ ਕਿਉਂ ਕਰੂੰਗੀ? ਸਮਾਂ ਮੇਰਾ ਤਾਂ ਘਰ ਕਹਿੰਦੇ ਹੁੰਦੇ ਆ ਪੱਟਿਆ ਜਾਣਾ ਸੀਗਾ, ਹੁਣ ਬੱਸ ਤਾਂ ਜਾਊਗਾ। ਹੋਰ ਕੀ ਨਾ, ਅੱਗੇ ਤਾਂ ਇਹਦੇ ਆਰਡਰ ਚ ਚੱਲਦੀ ਸੀ, ਹੁਣ ਆਰਡਰ ਚ ਤਾਂ ਨੀ ਕਿਸੇ ਦੇ ਚੱਲਣਾ ਪਊ, ਜਦੋਂ ਮਰਜ਼ੀ ਉੱਠ ਤੇ ਕਦੋਂ ਮਰਜ਼ੀ ਬੈਠ। ਸਹੀ ਗੱਲ ਆ ਮਾਂ, ਮੈਨੂੰ ਤਾਂ ਨਾ ਨੌਕਰ ਨਹੀਂ ਬਣਾ ਛੱਡਿਆ ਸੀ ਬੰਟੂ ਨੇ, ਵੀ ਬਾਈ ਵਾਸਤੇ ਆਹ ਕਰਦੇ ਬਾਈ ਵਾਸਤੇ ਆਹ ਕਰਦੇ, 24 ਘੰਟੇ ਬਸ ਆਰਡਰ ਦੇਈ ਜਾਂਦੇ ਤੇ ਮੈਂ ਕਰੀ ਜਾਂਦੀ। ਤੂੰ ਕਿਹੜਾ ਇਹਨਾਂ ਦੀ ਗੋਲੀ ਲੱਗੀ ਹੈਗੀ, ਆਪੇ 2 ਦਿਨਾਂ ਨੂੰ ਬੰਟੂ। ਸੱਚੇ ਤੈਨੂੰ ਬੁਲਾਇਆ ਬੰਟੂ ਨੇ ਹੁਣ? ਨਾ ਮਾਂ ਹਜੇ ਤੱਕ ਤਾਂ ਨੀ ਬੁਲਾਇਆ। ਬਥੇਰਾ ਬੁਲਾ ਲੂਗਾ, ਆਹ ਨਿਕਲ ਗਿਆ ਆਪੇ ਆ ਕੇ ਪਿੱਪਲ ਪੱਟਤਾ ਕਰੋ। ਸਹੀ ਗੱਲ ਆ ਮਾਂ, ਵਿਚਲਾ ਕੰਡਾ ਨਿਕਲਿਆ, ਅਸ ਤਾਂ ਮੀਆਂ ਬੀਬੀ ਬੋਲ ਹੀ ਪੈਣਾ, ਬੋਲ ਹੀ ਪੈਣਾ। ਉਹੀ ਚਲਦੀ ਆ ਬੈਗ ਚੱਕ ਤੂੰ, ਉਹਨੂੰ ਮੇਰੇ ਬਿਨਾਂ ਨਹੀਂ ਸਰਨਾ ਤੇ ਮੈਨੂੰ ਉਹਦੇ ਬਿਨਾਂ ਨਹੀਂ ਸਰਨਾ ਮਾਂ। ਚੱਲ ਕੋਈ ਨੀ, ਲੈ ਬੈਗ ਮੈਂ ਅੰਦਰ ਧਰਦਾ। ਚੱਲ ਹੁਣ ਤਾਂ ਸੁੱਖ ਦਾ ਸਾਹ ਆ ਗਿਆ, ਕਿਹੜਾ ਨਿਕਲਿਆ, ਹੁਣ ਤਾਂ ਐਂ ਲੱਗਦਾ 4 ਸਪੇਰੇ ਮੀਂਹ ਮੀਂਹ ਪਈ ਜਾਂਦਾ ਗਾ ਮੇਰੇ ਪਾਦੇ ਤਾਂ। ਨੀ ਕੁੜੇ। ਹਾਂ ਮਾਂ। ਮੇਰਾ ਤਾਂ ਕੁਛ ਮਿੱਠਾ ਖਾਣ ਨੂੰ ਜੀ ਕਰੀ ਜਾਂਦਾ, ਕੁਛ ਮਿੱਠੇ ਬਣਾ ਲਾ, ਕੜਾਈ ਬਣਾ ਲਾ। ਚੱਲ ਕੋਈ ਨੀ ਮਾਂ, ਮੈਂ ਨਾ ਸੇਵੀਆਂ ਬਣਾ ਲੈਂਦੀ ਹਾਂ। ਨਹੀਂ ਨਹੀਂ, ਇੰਨੀ ਸੋਹਣੀ ਗੱਲ ਹੋ ਗਈ, ਘਰ ਦੀ ਮਾਲਕਣ ਬਣ ਗਈ ਤੂੰ। ਸਹੀ ਗੱਲ ਆ ਮਾਂ, ਕਹਿੰਦੇ ਹੁੰਦੇ ਵਿਚਲਾ ਕੰਡਾ ਨਿਕਲਿਆ। ਮਾਂ ਉਹ ਆਉਂਦਾ ਤੁਰਿਆ, ਮੇਰੀ ਗੱਲ ਸੁਣ, ਮੇਰੇ ਨਾਲ ਤਾਂ ਬੋਲਦਾ ਨਹੀਂ ਹੈਗਾ, ਹੁਣ ਤੂੰ ਕਹਿ। ਚੱਲ ਕੋਈ ਨਾ, ਤੂੰ ਮਾਰੀ ਗਈ ਉਹਦੇ ਮੂਹਰੇ ਨਾ, ਐਕਟਿੰਗ ਹੀ ਰੱਖੀ। ਕੋਈ ਨੀ ਮਾਂ, ਜਿਵੇਂ ਮਾਰਦੇ ਪਾਉਣਾ। ਬੰਟੂ ਬੇ ਪੁੱਤ ਉਰੇ ਆ ਕੇ ਜਾ। ਆ ਮਾਂ ਆਉਣਾ। ਜਿਵੇਂ ਤੂੰ ਕਹਿੰਦੀ ਹੈ ਮੈਂ ਤਾਂ ਉਵੇਂ ਕਰ। ਬੇ ਪੁੱਤ ਮੈਂ ਤੈਨੂੰ ਆਏ ਪੁੱਛਦੀ ਆ, ਤੇਰੇ ਘਰ ਵਾਲੀ ਆ, ਤੂੰ ਕਾਹਤੋਂ ਨੀ ਬੋਲਦਾ? ਜਦੋਂ ਹੁਣ ਇਹ ਕੰਮ ਕਿਹੋ ਜਿਹੇ ਕਰਦੀ ਹੈ ਨਾ, ਮੇਰੀ ਗੱਲ ਸੁਣ ਮਾਂ, ਕਿੱਡੀ ਕੁ ਵੱਡੀ ਗੱਲ ਸੀ,
ਅੱਗੇ ਕਿਹੜਾ ਬਾਈ ਨੂੰ ਚਾਹ ਪਾਣੀ ਫੜਾਉਂਦੀ ਨੀ ਹੈਗੀ ਸੀਗੀ, ਤੇ ਤੂੰ ਬੈਠੀ ਆ, ਤੇਰੇ ਸਾਹਮਣੇ ਉਹਦੀ ਬੇਇੱਜ਼ਤੀ ਕਰਾਦੀ, ਅਗਲਾ ਕੀ ਸੋਚਦਾ ਹੋਊਗਾ। ਚੱਲ ਪੁੱਤ ਉਹ ਤਾਂ ਕੋਈ ਗੱਲ ਨੀ, ਮੈਂ ਇਹਦੀ ਗਲਤੀ ਮੰਨਦੀ ਆ, ਪਰ ਤੇਰੇ ਬਾਈ ਦੇ ਵੀ ਅੱਜ ਚੰਗੀ ਗੱਲ ਨੀ ਕੀਤੀ, ਇਹਦਾ ਤਾਂ ਰੋ ਰੋ ਬੁਰਾ ਹਾਲ ਹੋ ਗਿਆ। ਉਹ ਬਾਈ ਤਾਂ ਕੁਛ ਕਹਿੰਦਾ ਹੀ ਨੀ ਹੈਗਾ ਇਹਨੂੰ। ਹਾਂ ਹਾਂ ਪੁੱਤ, ਤੇਰੇ ਤਾਂ ਅੱਖਾਂ ਤੇ ਨਾ ਤੇਰੇ ਬਾਈ ਦੇ ਨਾਂ ਦੀ ਪੱਟੀ ਬੰਨੀ ਹੋਈ ਆ, ਮੈਨੂੰ ਪੁੱਛ ਕੇ ਦੇਖ ਨਾ ਜਿਹਨੇ ਅੱਖੀ ਦੇਖਿਆ ਗਾ। ਉਹ ਹੋ ਕੀ ਗਿਆ ਦੱਸੋ? ਤੇਰਾ ਬਾਈ ਇਹਨੂੰ ਛੇੜਦਾ ਸੀ। ਓਹੋ ਮਾਂ ਤੂੰ ਵੀ ਕਮਾਲ ਕਰਦੀ ਆ, ਦੱਸ ਤੂੰ ਤਾਂ ਹੀ ਤਾਂ ਦੇਖ ਲੈ ਕਿਤੇ ਇਲਜ਼ਾਮ ਲਾਈ ਜਾਂਦੀ ਆ, ਭੈਣਾਂ ਵਾਂਗੂ ਸਮਝਦਾ। ਵੇ ਪੁੱਤ ਸਰੀਕ ਕਾਹਨੂੰ, ਸਰੀਕ ਤੇ ਰਾਜੀ ਹੁੰਦਾ ਗਾ, ਅਕਲ ਨੂੰ ਹੱਥ ਮਾਰਨਾ ਮਾੜਾ ਜਾ। ਮੈਨੂੰ ਤਾਂ ਨਾ ਵਿਸ਼ਵਾਸ ਨੀ ਹੁੰਦਾ ਹੈਗਾ, ਦੱਸ ਮੇਰੀ ਗੱਲ ਸੁਣੋ ਜੀ, ਵਿਸ਼ਵਾਸ ਤੁਹਾਨੂੰ ਕਿਉਂ ਨੀ ਹੁੰਦਾ? ਮੈਂ ਤੁਹਾਡੇ ਘਰ ਵਾਲੀ ਆ, ਮੇਰੇ ਤੇ ਵੀ ਨੀ ਹੁੰਦਾ ਹੈਗਾ ਵਿਸ਼ਵਾਸ? ਹੁਣ ਮੈਂ ਝੂਠ ਥੋੜੀ ਬੋਲੂੰਗੀ, ਪਹਿਲਾਂ ਨੀ ਮੈਂ ਕਦੇ ਕਹਿਤਾ ਸੀ ਬਾਈ ਮੈਨੂੰ ਛੇੜਦਾ, ਜੇ ਛੇੜਿਆ ਮੈਂ ਫੇਰ ਹੀ ਕਹਿੰਦੀ ਆ ਨਾ। ਮੈਂ ਤੁਹਾਨੂੰ ਜਿਹੜਾ ਉਹ ਟੌਪ ਲਿਆਂਦਾ ਤੇਰੇ ਮੂਹਰੇ ਤਾਂ ਕਹਿੰਦਾ 2500 ਦਾ ਆਇਆ, ਅਖੇ ਉਹ ਮੈਨੂੰ ਪਾ ਕੇ ਦਿਖਾ, ਉਹਦਾ ਕੀ ਹੱਕ ਆ ਬਾਈ? ਓ ਨਹੀਂ ਮਾਂ ਨਹੀਂ, ਇਹ ਜਿਹੀਆਂ ਗੱਲਾਂ ਕੀਤੀਆਂ ਹੋਣੀਆਂ, ਉਹ ਹੈ ਨੀ ਇਹ ਜਿਹਾ, ਹੈ ਕਿੱਥੇ ਹੁਣ? ਮੈਂ ਪੁੱਛਦਾ ਜਾ ਕੇ ਬਾਈ ਨੂੰ। ਆ ਕੇ ਬਸ਼ਰਮ ਦਾ ਮੂੰਹ ਕੋਠੀ 'ਚ, ਉਹ ਕਿਉਂ ਘਰੇ ਖੜਦਾ ਗਾ? ਬਸ਼ਰਮ ਦਾ ਮਾਰਾ ਭੱਜ ਗਿਆ ਘਰੋਂ। ਘਰੋਂ ਭੱਜ ਗਿਆ? ਹੋਰ ਕੀ ਨਾ, ਘਰੋਂ ਉੱਡਿਆ ਉਹ। ਜੇ ਉਹ ਸੱਚਾ ਹੁੰਦਾ ਨਾ ਘਰੇ ਬਹਿੰਦਾ, ਉਹਦਾ ਕਿਹੜਾ ਘਰ 'ਚ ਕੋਈ ਹਿੱਸਾ ਨਹੀਂ ਸੀਗਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੁਣ ਦੱਸ ਮੈਂ ਕੀ ਕਰਾਂ। ਲੈ ਤੂੰ ਕੀ ਕਰਨਾ, ਤੂੰ ਖੇਤ ਜਾ, ਲੇਬਰ ਝੋਨਾ ਲਾਈ ਜਾਂਦੇ ਆ, ਝੋਨਾ ਲਵਾ, ਨਹੀਂ ਤੂੰ ਘਰੇ ਕੀ ਕਰਨ ਆ ਗਿਆ? ਪਰ ਮੈਂ ਉਹੀ ਗੱਲ, ਉਹ ਤਾਂ ਮੈਂ ਵਗ ਜੂੰਗਾ, ਪਰ ਮੈਨੂੰ ਯਕੀਨ ਨਹੀਂ ਹੁੰਦਾ ਵੀ ਬਾਈ ਇਹ ਜਿਹਾ ਨਹੀਂ ਕਰ ਸਕਦਾ ਹੈਗਾ। ਨਾ ਪੁੱਤ, ਫਿਰ ਮੇਰੇ ਆ ਕੇ ਧੋਲੇ ਝਾਟੇ 'ਚ ਖੇ ਪਾਉਣਾ, ਤੂੰ ਮੇਰੇ ਤੇ ਯਕੀਨ ਵੀ ਨਹੀਂ ਕਰਦਾ? ਉਹੀ ਤਾਂ ਗੱਲ ਆ, ਮੇਰੀ ਗੱਲ ਸੁਣੋ ਜੀ, ਯਕੀਨ ਤੁਸੀਂ ਮਾਂ ਦਾ ਨਹੀਂ ਕਰ ਰਹੇ, ਮੇਰਾ ਨਹੀਂ ਕਰ ਰਹੇ, ਮੈਂ ਕਿਉਂ ਝੂਠ ਬੋਲੂੰਗੀ ਜੀ? ਤੁਹਾਨੂੰ ਤਾਂ ਮੇਰੇ ਤੇ ਵਿਸ਼ਵਾਸ ਤਾਂ ਕਰਨਾ ਹੀ ਪਊਗਾ। ਚੱਲ ਠੀਕ ਆ, ਪਰ ਮੈਂ ਇੱਕ ਗੱਲ ਕਹਿਣਾ, ਹਜੇ ਵੀ ਮੇਰਾ ਨਾ ਦਿਲ ਨਹੀਂ ਮੰਨਦਾ ਹੈਗਾ ਵੀ ਬਾਈ ਇਹੋ ਜਿਹਾ ਕੁਛ ਕਰ ਨਹੀਂ ਸਕਦਾ ਹੈਗਾ। ਅਕੇ ਡੁੱਬੀ ਤਾਂ ਜੇ ਸਾਰੀ ਆਇਆ, ਅਕੇ ਉਹਦੇ ਤੇ ਯਕੀਨ ਕਰਦਾ, ਤੇਰੇ ਤੇ ਯਕੀਨ ਨਹੀਂ ਇਹਨੂੰ। ਉਹੀ ਤਾਂ ਗੱਲ ਆ ਮਾਂ, ਮੈਨੂੰ ਤਾਂ ਜਿੱਦੇ ਤੂੰ ਦੱਸਤਾ ਸੀ ਨਾ ਪਹਿਲੇ ਦਿਨ, ਉਦੋਂ ਤੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਤਾਂ ਆਪਦੇ ਭਰਾ ਦੇ ਹੀ ਬਣੂ, ਤੇ ਹੁਣ ਦੇਖ ਲਾ ਹੁਣ ਇਹਦਾ ਕੀ ਹੱਲ ਕੱਢਾਂਗੇ। ਕੀ ਪਤਾ ਇਹਦੇ ਸੁਰ 'ਚ ਅਕੇ ਸਿਰ 'ਚ ਕੀ ਘੋਲ ਕੇ ਪਾਇਆ ਗਾ ਉਹਨੇ। ਉਹੀ ਤਾਂ ਗੱਲ ਆ, ਬਸ ਬਾਈ ਬਾਈ ਕਰੀ ਜਾਂਦਾ 24 ਘੰਟੇ, ਮੈਨੂੰ ਤਾਂ ਸੁਰਤ ਆ ਗਈ, ਹੋਰ ਗੱਲਾਂ ਦੀਆਂ ਗੱਲਾਂ ਇਹਨੂੰ ਪਤਾ ਨਹੀਂ ਕਿੱਦਾਂ ਆਉਣੀਆਂ। ਇਹਨੂੰ ਨਹੀਂ ਆਉਂਦੀ ਹੈਗੀ, ਆਪੇ ਆਊ ਜਦੋਂ ਫੰਨਾਂ 'ਤੇ ਵੱਜੀਆਂ, ਹੈਂ ਜਦੋਂ ਕਿਤੇ ਮਿਲਿਆ ਨਾ, ਉਹ ਤਾਂ ਨਿਕਲਣਾ ਨਾ ਨਿਕਲ ਗਿਆ। ਚੱਲ ਤੂੰ ਨੀ ਸੇਵੀਆਂ ਦਾ ਭੋਰਾ ਬਣਾ ਲਿਆ, ਮੇਰੇ ਤਾਂ ਕਾਲਜਾ ਨਿਕਲੀ ਜਾਂਦਾ। ਨਹੀਂ ਮਾਂ ਬਣਾਉਣੀ ਆ, ਤੂੰ ਵੀ ਸੱਚੀ। ਚੱਲ ਹੋ ਖੜੀ, ਚੱਲ ਮੈਂ ਆਵਾਂ ਤੇਰੇ ਨਾਲ। ਨਹੀਂ ਨਹੀਂ ਬਸ ਮੈਂ ਬਣਾ ਲੂੰਗੀ, ਤੂੰ ਪੈ ਜਾ ਆਰਾਮ ਕਰ ਲਾ। ਲੈ ਆਰਾਮ ਕਰ ਲਾ ਕਹਿੰਦੀ, ਹੁਣ ਤਾਂ ਮੇਰੀ ਜ਼ਿੰਦਗੀ 'ਚ ਆਰਾਮ ਹੀ ਆਰਾਮ ਆ, ਜਦੋਂ ਮੇਰੀ ਧੀ ਸੌਖੀ ਤੇ ਮੈਂ ਵੀ ਸੌਖੀ, ਹੁਣ ਤਾਂ ਮੈਨੂੰ ਕਾਸੇ ਦੀ ਸੋਚ ਹੀ ਨਹੀਂ। ਪਤਾ ਯਾਰ ਹੱਦ ਹੋ ਗਈ, ਬਾਈ ਵਾਲੀ ਗੱਲ ਦਾ ਝੋਰਾ ਲੱਗਿਆ ਪਿਆ, ਦੱਸ ਕੀ ਕੀਤਾ ਜਾ ਸਕਦਾ ਹੁਣ? ਕੀ ਹੋ ਗਿਆ ਜੀ, ਤੁਸੀਂ ਕਾਹਦੀ ਟੈਨਸ਼ਨ ਲਈ ਖੜੇ ਹੋ ਹੁਣ? ਟੈਨਸ਼ਨ ਤਾਂ ਮੈਂ ਇਹ ਲਈ ਬੈਠਾ, ਆੜਤੀ ਦਾ ਫੋਨ ਆਇਆ ਸੀਗਾ। ਹਾਂਜੀ। 2 ਲੱਖ ਰੁਪਇਆ ਫੜ ਲਿਆ ਬਾਈ ਨੇ ਉਹਦੇ ਕੋਲ। ਹਾਏ ਦੇਖੀ, ਬਾਈ ਦੱਸਦਾ ਨਹੀਂ ਸੀ ਆਪਾਂ ਨੂੰ ਜਮੇ ਕੁਛ ਵੀ। ਹੋਰ ਬਾਈ ਨੇ ਕਾਹਦੇ ਲਈ ਫੜ ਲਿਆ ਦੱਸਿਆ ਆੜਤੀ ਨੇ ਕੁਛ? ਉਹ ਆੜਤੀਆਂ ਤਾਂ ਹੁਣ ਕੀ ਦੱਸਣਾ ਸੀਗਾ, ਉਹ ਤਾਂ ਤੈਨੂੰ ਮੈਂ ਦੱਸਦਾ ਪੂਰੀ ਗੱਲ। ਹੁਣ ਮੈਂ ਐ ਸੋਚੀ ਆ ਨਾ ਵੀ ਕਿਰਾਏ ਤੇ ਕੋਈ ਕਮਰਾ ਦੇਖਾਂ,
ਓਹੋ ਜੀ, ਆਪਾਂ ਨੂੰ ਕੀ ਲੋੜ ਪਈ ਹੈ ਕਿਰਾਏ ਤੇ ਕਮਰੇ ਦੇਖਣ ਦੀ, ਆਪੇ ਦੇਖੂਗਾ ਜਿਹਨੇ ਰਹਿਣਾ, ਆਪਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਨਾਲੇ ਤੁਸੀਂ ਨਾ ਜ਼ਿਆਦਾ ਬੋਝ ਨਾ ਪਾਓ ਬਾਈ ਦਾ, ਮੈਨੂੰ ਪਤਾ ਦੋਨੇ ਭੈਣ ਦੋਨੇ ਭਰਾਵਾਂ ਦਾ ਬਾਹਲਾ ਜ਼ਿਆਦਾ ਪਿਆਰ ਸੀਗਾ, ਗੱਲ ਕਰਾਂ ਇੰਨਾ ਵੀ ਪਿਆਰ ਕੀ ਆ ਵੀ ਉਹਨੂੰ ਆਪਾਂ ਕਮਰੇ ਵੀ ਲੱਭ ਕੇ ਦੇਈਏ। ਓਹੋ ਮੀਤ, ਤੂੰ ਮੇਰੀ ਗੱਲ ਨਹੀਂ ਸਮਝੀ ਹੈਗੀ। ਹਾਂਜੀ, ਕਿਰਾਏ ਤੇ ਕਮਰਾ ਮੈਂ ਬਾਈ ਵਾਸਤੇ ਨਹੀਂ, ਆਪਣੇ ਵਾਸਤੇ ਲੱਭਣ ਦੀ ਗੱਲ ਕਰ ਰਿਹਾ। ਕਿਉਂ ਆਪਣੇ ਵਾਸਤੇ ਕਿਉਂ? ਉਹ ਮੇਰੀ ਗੱਲ ਸੁਣ, ਆਪਣੇ ਮੇਰੇ ਨਾਂ ਤੇ ਕੀ ਇੱਥੇ ਕੁਛ ਵੀ ਨਹੀਂ ਹੈਗਾ। ਆ ਘਰ ਵੀ ਬਾਈ ਦੇ ਨਾਂ ਤੇ ਆ, ਜ਼ਮੀਨ ਵੀ ਬਾਈ ਦੇ ਨਾਂ ਤੇ ਆ, ਤੇ ਆੜਤੀ ਕੋਲ ਜਿਹੜਾ ਹਿਸਾਬ ਕਿਤਾਬ ਚੱਲਦਾ ਉਹ ਵੀ ਬਾਈ ਦੇ ਨਾਂ ਤੇ ਆ। ਉਹ 2 ਲੱਖ ਫੜੇ, ਉੱਥੋਂ 4 ਲੱਖ ਫੜੇ, ਆਪਾਂ ਨੂੰ ਆੜਤੀ ਨੇ 25 ਥੋੜ੍ਹੀ ਦੇਣੀ ਆ। ਆਪਾਂ ਤਾਂ ਉਈ ਬੈਠੇ ਹਾਂ, ਤੇ ਹੁਣ ਜਿਹੜਾ ਕੁਛ ਉਹ ਕਰਕੇ ਹਟਿਆ ਆਪਾਂ ਨੂੰ ਇੱਥੇ ਕਿੱਥੇ ਰਹਿਣ ਦੇ ਦੂਗਾ? ਹੁਣ ਨਾ ਤਾਂ ਕੋਈ ਸੰਦ ਸੰਧੇੜਾ ਮਿਲੇ, ਨਾ ਮਿਲੇ ਕੋਠੀ, ਤੇ ਹੁਣ ਤਾਂ ਉਹੀ ਗੱਲ ਆ, ਕੋਈ ਕਿਰਾਏ ਤੇ ਘਰ ਤਾਂ ਦੇਖਣਾ ਹੀ ਪਊਗਾ ਨਾ। ਗੱਲ ਤਾਂ ਤੁਹਾਡੀ ਸਹੀ ਜੀ, ਮੇਰੀ ਗੱਲ ਸੁਣੋ, ਮੇਰੇ ਨਾਲ ਚਾਹ ਧਰੀ ਪਈ ਆ, ਉਹ ਬਾਲਾ ਕੇ ਬਾਹਰ ਨਾ ਡੁੱਲ ਜੇ, ਤੇ ਮੈਂ ਦੇਖਦੀ ਆ ਚਾਹ। ਹੈਲੋ ਨੀਮਾ, ਤੂੰ ਤਾਂ ਸੱਚੀ ਮੇਰਾ ਘਰ ਪੱਟਣ ਚ ਨਾ ਕਸਰ ਜਮੀ ਨੀ ਛੱਡੀ ਹੈਗੀ। ਲੈ, ਮੈਂ ਤੇਰਾ ਘਰ ਵਸਾਉਣੀ ਆ ਕਿ ਪੱਟਦੀ ਹੈਗੀ? ਮਾਂ ਮੇਰੀ ਗੱਲ ਤਾਂ ਸੁਣ, ਗੱਲ ਏਡੀ ਵੱਡੀ ਹੋ ਗਈ ਆ, ਗੱਲ ਦੱਸੇਂਗੀ ਫੇਰ ਹੀ ਪਤਾ ਲੱਗੂਗਾ। ਮਾਂ, ਗੱਲ ਤਾਂ ਇਹ ਹੋ ਗਈ, ਜਿਹੜਾ ਇਹ ਘਰ ਆ ਨਾ ਤੇ ਜ਼ਮੀਨ ਜ਼ਿਆਦਾ ਤਾਂ ਸਾਰੀ ਬਾਈ ਦੇ ਨਾਂ, ਸਾਡੇ ਕੋਲ ਤਾਂ ਕੱਖ ਵੀ ਨਹੀਂ। ਹੈ? ਹਾਂ ਬੂ, ਮੈਂ ਮਰ ਜਾ। ਬੰਟੂ ਤਾਂ ਕਹੀ ਜਾਂਦਾ ਸੀ, ਕਹਿੰਦਾ ਆਪਾਂ ਨੂੰ ਕਿਰਾਏ ਤੇ ਘਰ ਦੇਖਣਾ ਪਊ। ਮਾਂ ਮੇਰੀ ਗੱਲ ਸੁਣ, ਐਡੀ ਵੱਡੀ ਕੋਠੀ ਛੱਡ ਕੇ ਮੈਂ ਕਿਰਾਏ ਤੇ ਧੱਕੇ ਨਹੀਂ ਖਾ ਸਕਦੀ, ਨਾ ਮੈਂ ਰਹੀ ਆ ਤੇ ਨਾ ਮੈਥੋਂ ਰਿਹਾ ਜਾਵੇ। ਹੁਣ ਦੱਸ ਮੈਂ ਕੀ ਕਰਾਂ? ਹੁਣ ਮੈਂ ਕਿਹਨੂੰ ਤੈਨੂੰ ਕੀ ਦੱਸਾਂ ਵੀ ਤੂੰ ਕੀ ਕਰੇ ਕੀ ਕਰੇ? ਮਾਂ ਹੁਣ ਤੈਨੂੰ ਹੀ ਦੱਸਣਾ ਪਊ, ਮੈਂ ਤਾਂ ਵਧੀਆ ਬਸੀ ਜਾਂਦੀ ਸੀ ਆਪਦੇ ਘਰੇ ਤੇ ਤੂੰ ਆ ਕੇ ਮੈਨੂੰ ਸਾਰਾ ਕੁਛ ਸਿਖਾਇਆ। ਨਾ, ਤੂੰ ਨਿਆਣੀ ਸੀ ਜਿਹੜੀ ਮੇਰੇ ਪਿੱਛੇ ਲੱਗ ਗਈ, ਤੂੰ ਆਪਦੇ ਦਿਮਾਗ ਤੋਂ ਕੰਮ ਲੈ ਲੈਂਦੀ, ਜਿਹੋ ਜਿਹਾ ਮੈਂ ਕੁਛ ਕਹਿਤਾ ਉਹੋ ਜਿਹਾ ਹੀ ਕਰ ਲਿਆ। ਜੇ ਤੈਨੂੰ ਮੈਂ ਖੂਹ 'ਚ ਸਾਲ ਮਾਰਨ ਨੂੰ ਕਹੂੰਗੀ ਮਾਰੇਗੀ? ਹਾਂ, ਕਿਹਾ ਤਾਂ ਤੂੰ ਹੀ ਸੀ ਨਾ ਮੈਨੂੰ ਵੀ ਆਪਦੇ ਜੇਠ ਤੇ ਇਲਜ਼ਾਮ ਲਾ ਤੇ ਉਹਨੂੰ ਘਰੋਂ ਕੱਢ। ਨਹੀਂ, ਮੈਨੂੰ ਕੀ ਲੋੜ ਸੀ, ਵਧੀਆ ਮੈਂ ਆਪਦੇ ਘਰੇ ਬਸੀ ਜਾਂਦੀ ਸੀ, ਰੁਪਇਆ 100 ਮੰਗਦੀ ਸੀ ਤਾਂ ਬਾਈ ਰੁਪਇਆ 500 ਦਿੰਦਾ ਸੀ। ਸ਼ਾਬਾਸ਼ ਸ਼ਾਬਾਸ਼, ਆਹੀ ਚੀਜ਼ ਮੈਂ ਸੁਣਨੀ ਚਾਹੁੰਦਾ ਸੀਗਾ ਤੇ ਮੈਨੂੰ ਪਤਾ ਲੱਗ ਗਿਆ। ਮਾਂ ਧੀਆਂ ਦੇ ਘਰ ਵਸਾਉਂਦੀਆਂ ਹੁੰਦੀਆਂ, ਮਾਂ ਪੱਟਦੀਆਂ ਨਹੀਂ ਹੁੰਦੀਆਂ, ਮਾੜਾ ਮੋਟਾ ਤਾਂ ਸੋਚ ਲੈਂਦੀ। ਉਹ ਮੇਰਾ ਰੱਬ ਵਰਗਾ ਭਰਾ ਹੈ, ਉਹ ਤੇ ਤੁਸੀਂ ਝੂਠਾ ਇਲਜ਼ਾਮ ਲਾਇਆ। ਪਤਾ ਤਾਂ ਮੈਨੂੰ ਹੈਗਾ ਸੀਗਾ ਵੀ ਉਹ ਇਹੋ ਜਿਹਾ ਕੁਛ ਕਰਦਾ ਨਹੀਂ, ਪਰ ਫਿਰ ਵੀ ਮੈਂ ਨਾ ਇਹ ਸ਼ੱਕ ਕੱਢਣ ਵਾਸਤੇ, ਵਹਿਮ ਕੱਢਣ ਵਾਸਤੇ ਤੁਹਾਡੇ ਮੂਹਰੇ ਕੁਛ ਬੋਲਿਆ ਨਹੀਂ ਹੈਗਾ ਤੇ ਆਹ ਨਾਟਕ ਕੀਤਾ, ਠੀਕ ਹੈ? ਤੇ ਮੈਨੂੰ ਪਤਾ ਲੱਗ ਗਿਆ ਕਿਉਂਕਿ ਮੈਂ ਨਾ ਇਹ ਸੱਚਾਈ ਆਪਦੇ ਕੰਨਾਂ ਨਾਲ ਸੁਣਨਾ ਚਾਹੁੰਦਾ ਸੀ ਤੇ ਅੱਖਾਂ ਨਾਲ ਦੇਖਣਾ ਚਾਹੁੰਦਾ ਸੀਗਾ। ਮਾੜੀ ਮੋਟੀ ਤਾਂ ਸ਼ਰਮ ਮੰਨ ਲੈਂਦੀ, ਆਪਦੀ ਭੈਣ ਆਪਦੀ ਧੀ ਦਾ ਘਰ ਹੀ ਪੱਟਣ ਲੱਗ ਗਈ ਆ ਕੇ। ਬੇ ਪੁੱਤ, ਮੈਂ ਤਾਂ ਬਸ ਉਈ ਬੁੜੀ ਹੋ ਗਈ, ਮੈਨੂੰ ਪਤਾ ਨਹੀਂ ਲੱਗਿਆ। ਚੱਲ ਕੋਈ ਨਾ, ਹੁਣ ਪਤਾ ਲੱਗ ਜੂਗਾ ਜਿਹੇ ਜੀ ਤੂੰ ਹੈਗੀ ਨਾ, ਤਾਂ ਹੀ ਤਾਂ ਤੇਰੇ ਮੁੰਡੇ ਨੇ ਨਹੀਂ ਰੱਖਿਆ। ਤੇ ਰਹੀ ਗੱਲ, ਤੈਨੂੰ ਬੜਾ ਆਪਦੀ ਧੀ ਦਾ ਹੇਜ ਆਉਂਦਾ, ਦੋਨੇ ਜਾਣੇ ਮੇਰੇ ਘਰੋਂ ਨਿਕਲ ਜਾਓ। ਪੁੱਤ, ਨਹੀਂ ਜੀ, ਮੇਰੀ ਗੱਲ ਸੁਣੋ, ਮੈਂ ਤਾਂ ਜੋ ਮੈਨੂੰ ਮਾਂ ਕਹੇਗੀ ਮੈਂ ਕਰੇਗੀ, ਤੁਸੀਂ ਮੈਨੂੰ ਕਾਹਤੋਂ ਘਰੋਂ ਕੱਢ? ਮੇਰੀ ਗੱਲ, ਮੈਂ ਤੈਨੂੰ ਰੱਖਣਾ ਹੀ ਨਹੀਂ ਹੈਗਾ, ਆਪਦੀ ਧੀ ਨੂੰ ਲੈ ਜਾ, ਤੈਨੂੰ ਬੜਾ ਸ਼ੌਂਕ ਹੈ ਨਾ ਧੀ ਦੇ ਨਾਲ ਰਹਿਣ ਦਾ, ਬਸ ਮੇਰੇ ਘਰੇ ਨਾ ਰਹੋ, ਮੈਂ ਧੱਕੇ ਮਾਰ ਕੇ ਕੱਢਾਂ, ਆਪ ਹੀ ਤੁਰ ਜਾ। ਨਹੀਂ ਪੁੱਤ, ਮਾਂ ਦੇਖ ਲੈ ਮੇਰੀ ਗੱਲ ਸੁਣ, ਮੈਂ ਕੋਈ ਗੱਲ ਗਲਤੀ ਮੈਥੋਂ ਹੋਈ ਆ ਨਾ। ਨਾ ਨਾ, ਬਸ ਤੁਸੀਂ ਜਾਓ ਇੱਥੇ ਜਾਓ, ਮੈਂ ਰਹਿਣੀ ਜਿਹੜਾ, ਨਿਕਲ ਜਾਓ ਮੇਰੇ ਘਰੋਂ, ਕੋਈ ਲੋੜ ਨਹੀਂ ਹੈਗੀ। ਮੇਰੀ ਗੱਲ ਸੁਣੋ ਜੀ, ਮੈਂ ਤੁਹਾਨੂੰ ਕਿਹਾ ਨਾ, ਨਾ ਨਾ ਕਿਉਂ ਉਹ ਕਰਦਾ, ਗਲਤੀ ਇਹਦੀ ਵੀ ਨਾਲ ਹੀ ਆ ਨਾ, ਇਹਨੂੰ ਕਿਹੜਾ ਦੀਦਾ ਨਹੀਂ ਹੈਗਾ ਸੀਗਾ। ਉਹ ਬੰਟੂ ਕੀ ਕਰੀਏ ਇਹਨਾਂ ਤੋਂ, ਉਹ ਕਰਨਾ ਕੀ ਹੈ ਬਈ, ਤਾਂ ਹੀ ਤੈਨੂੰ ਫੋਨ ਕੀਤਾ ਸੀਗਾ, ਮੈਨੂੰ ਪਤਾ ਲੱਗਿਆ ਵੀ ਇਹਦੀ ਮਾਂ ਨੇ ਇਹਨੂੰ ਸਕੀਮਾਂ ਦੱਸੀਆਂ ਹੋਈਆਂ ਸੀਗੀਆਂ, ਬਸ ਡੰਡੀ ਲੱਗੋ ਆਪਦਾ। ਕਿਸੇ ਨਹੀਂ ਡੰਡੀ ਲੱਗਣੀ, ਇਹ ਆਪਣੇ ਘਰ ਦੀ ਇੱਜ਼ਤ ਹੈ,
ਸਮਝਾ ਐ ਨੀ ਕਰਨੀ ਆਪਾਂ ਬੇਇੱਜ਼ਤੀ ਨੀ ਕਰਾਉਣੀ ਲੋਕਾਂ ਤੋਂ ਜਿਵੇਂ ਲੋਕਾਂ ਨੇ ਕਿਹਾ ਹੁੰਦਾ ਐ ਵਾਲਾ 100 ਗੱਲਾਂ ਬਣਾਉਂਦਾ ਹੁਣ ਇਹਨੂੰ ਘਰੋਂ ਕੱਢਦੇ ਆਪਾਂ ਨੂੰ ਕੋਈ ਨਾ ਗੱਲ ਆਪਾਂ ਬਹਿ ਕੇ ਗੱਲ ਕਰਦੇ ਅੱਜ ਤੂੰ ਹੀ ਕਰਾਉਂਦਾ ਬਹਿਣ ਵਾਲੀ ਗੱਲ ਹੀ ਨਹੀਂ ਬਈ ਇਹ ਗਿੱਜੀ ਗਿੱਜੀ ਕੱਲ ਨੂੰ ਫੇਰ ਹੋਇਆ ਜਾਂ ਕੁਛ ਤੇਰੇ ਤੇ ਦੋਸ਼ ਲਾਊਗੀ ਇਹ ਥੋੜੀ ਗੱਲਾਂ ਹੁੰਦੀਆਂ ਨੇ ਨਹੀਂ ਨਹੀਂ ਬਾਈ ਮੈਂ ਕੋਈ ਦੋਸ਼ ਨਹੀਂ ਲਾਉਂਦੀ ਹੈਗੀ ਮੈਨੂੰ ਤਾਂ ਜਿਵੇਂ ਮਾਂ ਨਾ ਬਸ ਮੈਂ ਤਾਂ ਘਰੇ ਬਾੜਨਾ ਨਹੀਂ ਹੈਗਾ ਤੂੰ ਆਦੀ ਮਾਂ ਵਾਲੀ ਜਾ ਪਤਾ ਲੱਗ ਗਿਆ ਸੀ ਠੀਕ ਹੈ ਮੈਨੂੰ ਇਹ ਗੱਲ ਮੈਂ ਇਹੋ ਜਿਹਾ ਬੰਦਾ ਨਹੀਂ ਸੀ ਮੇਰੇ ਤੇ ਇਹ ਭੈਣਾ ਵਰਗੀ ਹੈ ਠੀਕ ਹੈ ਮੈਂ ਇਸ ਤਰ੍ਹਾਂ ਆਪਦੀ ਕੁੜੀ ਨੂੰ ਆਪਦੀ ਇੱਜ਼ਤ ਸਮਝਦੇ ਆ ਇਹੋ ਜਿਹੀਆਂ ਗੱਲਾਂ ਤੁਸੀਂ ਐਡੀ ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਸਾਡਾ ਦੋਨਾਂ ਭਰਾਵਾਂ ਦਾ ਇੰਨਾ ਪਿਆਰ ਸੀ ਤੂੰ ਆਪਦੀ ਧੀ ਦੇ ਘਰ ਪੱਟੀ ਨੇ ਮਸੀ ਤੇਰੇ ਤੇ ਦੱਸ ਕੀ ਬੀਤੂ ਵੀ ਨਾਲੇ ਨਾ ਭਰਾ ਜਿਹੜੇ ਹੁੰਦੇ ਉਹ ਬਚਪਨ ਤੋਂ ਲੈ ਕੇ ਵੱਡੇ ਹੋ ਜਾਂਦੇ ਇਕੱਠੇ ਰਹਿੰਦੇ ਹੁੰਦੇ ਜਦੋਂ ਵਿਆਹ ਹੋ ਜਾਂਦਾ ਨਾ ਉਦੋਂ ਬਾਅਦ ਕਿਉਂ ਅੱਡੇ ਹੁੰਦੇ ਨੇ ਇਹੋ ਜਿਹੀਆਂ ਆ ਜਾਂਦੀਆਂ ਤੇ ਇਹੋ ਜਿਹੀਆਂ ਉਹਨਾਂ ਨੂੰ ਸੱਸਾਂ ਮਿਲ ਜਾਂਦੀਆਂ ਨੇ ਬਾਕੀ ਇਹਨੂੰ ਤਾਂ ਪਤੀ ਅਮੀਤ ਨੂੰ ਮੈਂ ਤਾਂ ਕਿਤੇ ਇਹਨੂੰ ਆਪਦੀਆਂ ਕੁੜੀਆਂ ਵਰਗਾ ਸਮਝਦਾ ਕਿਤੇ ਇਹਨੂੰ ਰੋਕ ਟੋਕ ਨਹੀਂ ਮੈਂ ਉਹ ਸੂਟ ਤਾਂ ਨਹੀਂ ਸੀਗਾ ਤਾਂ ਸਾਡੇ ਇੱਥੇ ਸ਼ੋਭਾ ਨਹੀਂ ਦਿੰਦਾ ਠੀਕ ਹੈ ਇਹ ਸੂਟ ਪਾਉਂਦੀ ਹੈ 2900 ਬੰਦਾ ਆਉਂਦਾ ਆਂਢ ਗੁਆਂਢ ਆਉਂਦੇ ਆ ਤੇ ਬਾਕੀ ਸਾਰਾ ਦਿਨ ਰਹਿੰਦਾ ਅਗਲਾ ਨੂੰ ਤਾਂ ਸਾਡੀ ਵੱਜੂ ਵੀ ਅਗਲਾ ਸੌਂਕ ਦੇ ਬਸ ਬਾਈ ਕਾਹਦੇ ਵਾਸਤੇ ਸਮਝਾਈਏ ਤਾਂ ਜਾਣ ਦੇ ਨੇ ਇਹਨਾਂ ਨੂੰ ਬਸ ਮੇਰੀ ਗੱਲ ਸੁਣ ਮੈਨੂੰ ਮਾਫ ਕਰ ਦੇ ਬਾਈ ਮੈਥੋਂ ਬਾਲੀ ਵੱਡੀ ਗਲਤੀ ਹੋ ਗਈ ਦੇਖ ਤੂੰ ਰੱਬ ਵਰਗਾ ਬੰਦਾ ਮਾਂ ਮੇਰਾ ਬਾਈ ਬਾਲਾ ਚੰਗਾ ਦੇ ਲੋ ਤੂੰ ਮੈਥੋਂ ਬਾਲੀ ਵੱਡੀ ਗਲਤੀ ਕਰਾਤੀ ਮੈਂ ਫੋਨ ਆ ਗਿਆ ਸੀ ਠੀਕ ਆ ਉਹ ਕਹਿੰਦਾ ਵੀ ਇਹਦੇ ਦੋ ਟੈਸਟ ਰਹਿ ਗਏ ਉਹ ਕੱਲ ਨੂੰ ਕਰਵਾ ਲੈ ਕਹਿੰਦਾ ਇਹਨਾਂ ਦਾ ਕਹਿੰਦਾ ਮਾਸੀ ਤੇਰੀ ਦਵਾਈ ਨਾਲ ਤੇਰਾ ਬਹੁਤ ਫਰਕ ਪਿਆ ਪੁੱਤ ਮੈਂ ਤਾਂ ਤੇਰੇ ਵਾਸਤੇ ਇੰਨਾ ਮਾੜਾ ਸੋਚਦੀ ਸੀ ਤੂੰ ਫੇਰ ਵੀ ਮੇਰਾ ਇੰਨਾ ਚੰਗਾ ਸੋਚਦਾ ਹੈ ਫੇਰ ਵੀ ਮੈਨੂੰ ਦਵਾਈ ਦਵਾਉਣ ਨੂੰ ਕਹਿਣਾ ਪੁੱਤ ਮੈਥੋਂ ਹੋ ਗਈ ਗਲਤੀ ਤੁਸੀਂ ਮੈਨੂੰ ਮਾਫ ਕਰ ਦੋ ਬੰਟੂ ਮੇਰੀਆਂ ਗਲਤੀਆਂ ਦੇ ਪੁੱਤ ਇਹਨੂੰ ਸਜ਼ਾ ਨਾ ਦੇ ਇਹਨੂੰ ਘਰੋਂ ਨਾ ਕੱਢ ਮੈਂ ਹੀ ਭੱਗ ਜਾਂਦੀ ਹੈਗੀ ਮੈਂ ਤਾਂ ਕੁਛ ਨਹੀਂ ਮੇਰਾ ਤਾਂ ਨਿਬੜਿਆ ਹੋਇਆ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਮੇਰੇ ਘਰੇ ਦੋਨੇ ਨਾ ਬੜੋ ਬਾਕੀ ਬਾਈ ਦੀ ਮਰਜ਼ੀ ਹੈ ਜਿਵੇਂ ਇਹ ਕਹਿੰਦਾ ਉਵੇਂ ਕਰ ਲਓ ਉੱਥੇ ਵੀ ਤੈਨੂੰ ਕੌਣ ਆ ਦਵਾਈ ਦਵਾਉਣ ਵਾਲਾ ਇਹ ਮੈਂ ਦਵਾ ਕੇ ਲਿਆਉਂਗਾ ਚੱਲ ਕੋਈ ਨਾ ਬੰਟੂ ਅੰਦਰ ਚਲੋ ਚੱਲ ਬਾਈ ਜੇ ਤੂੰ ਕਹਿਣਾ ਤਾਂ ਅੰਦਰ ਵਾੜ ਲੈਣਾ ਨਹੀਂ ਜੇ ਇਹਨਾਂ ਨੇ ਕਰਤੂਤ ਕੀਤੀ ਸੀ ਅੰਦਰ ਵੜਨ ਦੇ ਲਾਇਕ ਤਾਂ ਹੈ ਨੀ ਇਹ ਕੋਈ ਗੱਲ ਨੀ ਸਾਰਾ ਕੁਛ ਪਰ ਇਹਨਾਂ ਅੱਗੇ ਤੋਂ ਨਾ ਮੈਨੂੰ ਆਹ ਜਿਹੜੀ ਚੀਜ਼ ਅੱਜ ਹਰਕਤ ਕੀਤੀ ਇਹੋ ਜਿਹੀ ਮੈਨੂੰ ਸੁਣਨੀ ਨੀ ਚਾਹੀਦੀ ਹੈਗੀ ਸਤਿ ਸ੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਨਾਲ ਵਾਲੀ ਜਿਹੜੀ ਬੈਲ ਆ ਉਹਨੂੰ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਸਾਡੇ ਵੀਡੀਓ ਦਾ ਨੋਟੀਫਿਕੇਸ਼ਨ ਫੇਰੀ ਤੁਹਾਡੇ ਤੱਕ ਪਹੁੰਚੂਗਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ